ਬਥੇਰਾ ਇਹ ਸਾਰੀ ਤੁਸੀਂ ਪੁੱਛਦੇ ਪਏ ਹੋ ਤਰੱਕੀ ਟੁਰ ਪਲਾਜ਼ੇ ਨੂੰ, ਠੀਕ ਹੈ। ਤਰੱਕੀ ਟੁਰ ਪਲਾਜ਼ੇ ਦੇ ਬਾਰੇ ਮੈਂ ਇਹ ਦੱਸੀ ਸਕਣਾ ਵਾ ਕਿ ਤਰੱਕੀ ਜਿਹੜਾ ਹੈ ਇਸਕੀ ਕੁਝ ਲੋਕ ਤਰੱਕੀ ਪੜ੍ਹ ਲੈਣ, ਕੁਝ ਲੋਕ ਤੁਰਕੀ ਪੜ੍ਹ ਲੈਣ, ਤਾਂ ਕੁਝ ਪੜ੍ਹ ਲੈਣ ਠੜਕੀ। ਮਤਲਬ ਕਿ ਇੱਕ ਅੰਗਰੇਜ਼ ਸੀ ਤਾਂ ਕੰਮ ਕਰਨ ਵਾਲੇ ਸਾਡੇ ਨਾਲ, ਹੋਬਰਟ ਸੀ, ਸਾਊਥ ਅਫਰੀਕਾ ਨੂੰ ਰਹਿਣੇ ਵਾਲਾ ਸੀ, ਲੇਕਿਨ ਉਸ ਨਾਲ ਕੋਈ ਲਬਾ ਜ਼ਬਾਨ ਨਾਲ ਲਹਿਜਾ ਸੀ, ਉਸਕੀ ਕਿਤਨੀ ਵਾਰ ਦੱਸਿਆ ਤਰੱਕੀ ਤੋਂ ਪੜ੍ਹ, ਉਸ ਪੜ੍ਹਿਆ ਠੜਕੀ ਟੋਲ ਪਲਾਜ਼ਾ, ਇਸਕੀ ਠੜਕੀ ਟੋਲ ਪਲਾਜ਼ਾ। ਕਈ ਲੋਕ ਮਤਲਬ ਕਿ ਜਿਹੜੇ ਰਹਿਣੇ ਵਾਲੇ ਦੂਸਰੇ ਪੰਜਾਬ ਨੇ ਏਰੀਏ, ਥੱਲੇ ਪੰਜਾਬ ਏਰੀਏ ਨੇ ਲੋਕ, ਖਾਨੇਵਾਲ ਹੋਈ ਗਿਆ ਸਰ, ਮੁਲਤਾਨ ਹੋਈ ਗਿਆ, ਫੈਸਲਾਬਾਦ ਦੇ ਲੋਕ ਹੋਈ ਗਏ ਸਰ, ਉਹਨਾਂ ਵਾਸਤੇ ਇਹ ਤੁਰਕੀ ਟੋਲ ਪਲਾਜ਼ਾ ਸਰ, ਉਹਨਾਂ ਵਾਸਤੇ ਸਰ ਇਹ ਤੁਰਕੀ ਟੋਲ ਪਲਾਜ਼ਾ ਹੈ। ਉਹ ਕਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੋਇਆ ਕਿ ਪਿਛਲੇ ਜਿਹੇ ਅਰਸੇ 'ਚ ਨਾ ਇੱਕ ਵਾਕਿਆ ਇੱਥੇ ਸਰ ਜੀ ਬਹੁਤ ਬੜਾ ਪੇਸ਼ ਆਇਆ ਸਰ ਜੀ, ਆਪਣੀ ਅੱਖਾਂ ਨਾਲ ਤੱਕਿਆ ਸਰ ਜੀ ਵਾਕਿਆ। ਉਹ ਵਾਕਿਆ ਇਹ ਸਰ ਜੀ ਕਿ ਕੋਈ ਅੱਠ ਬੰਦੇ ਸਰ ਜੀ, ਅੱਠ ਬੰਦੇ ਸਰ ਜੀ, ਉਹ ਸਰ ਉਸ ਫੈਸਲਾਬਾਦ ਲਈ ਏਰੀਏ ਤੋਂ ਏਜੰਟ ਕਿ ਨਹੀਂ ਆਉਂਦੇ, ਅਤੇ ਏਜੰਟ ਉਹਨਾਂ ਕੀ ਆਖਿਆ ਇਹ ਕਿ ਮੈਂ ਤੁਸਾਂ ਕਿ ਯੂਨਾਨ, ਉਹਨਾਂ ਯੂਨਾਨ ਨੇ ਗੱਲ ਕੀਤੀ ਕਿ ਯੂਨਾਨ ਅਸਾਂ ਜਾਣਾ ਹੈ ਸਰ ਜੀ। ਉਸ ਜਨਾਬ ਉੱਥੋਂ ਸਫ਼ਰ ਕਿਸ ਤਰ੍ਹਾਂ ਕਰਾਇਆ ਸਰ, ਹਰ ਬੰਦੇ ਕੋਲੋਂ ਫੀ ਉਸ ਅੱਠ ਅੱਠ ਲੱਖ ਰੁਪਈਆ ਕਿ ਦੱਸ ਸਰ ਜੀ, ਉਹਨਾਂ ਕੀ ਸਰ ਜੀ ਫੈਸਲਾਬਾਦ ਤੋਂ ਏਅਰਪੋਰਟ ਤੋਂ ਬਹਾਲਿਆ, ਕਰਾਚੀ ਲਾਇਆ ਸਰ ਜੀ, ਠੀਕ ਹੈ। ਕਰਾਚੀ ਤੋਂ ਬੰਦੇ ਉਸ ਆਪਣੇ ਜ਼ਹਿਨ ਨਾਲ ਲੱਗਿਆ ਸੋਚਿਆ, ਇੱਥੋਂ ਗੁਜ਼ਰਿਆ ਨਾ ਕਰਿਆ, ਜਿਹੜਾ ਉਸ ਨਾ ਤੱਕਿਆ ਵਾ ਤਰੱਕੀ ਤੁਰਕੀ ਬਣੀ ਸਕਣਾ ਸਰ ਜੀ। ਉਸ ਆਪਣੇ ਮਾਇੰਡ ਨਾਲ ਜਿਹੜਾ ਏਜੰਟ ਸੀ ਉਸੇ ਗੇਮ ਸਰ ਜੀ ਖੇਡੀ, ਉਸੇ ਆਖਿਆ ਕਿ ਇਸਕੀ ਤੁਰਕੀ ਬਣਾਉਣੇ ਆ ਜਨਾਬ। ਅਤੇ ਸਰ ਉਸ ਜਿਹੜਾ ਬੰਦਿਆਂ ਕੋਲ ਅੱਠ ਅੱਠ ਲੱਖ ਰੁਪਈਆ ਕਿੱਦਾਂ ਅੱਠ ਬੰਦੇ ਤਿਆਰ ਕੀਤੇ ਸਰ, ਅਤੇ ਉਹਨਾਂ ਕੀ ਆਉਂਦਾ ਫੈਸਲਾਬਾਦ ਤੋਂ ਕਰਾਚੀ ਲਾਇਆ, ਕਰਾਚੀ ਤੋਂ ਫਿਰ ਉਸ ਜਹਾਜ਼ ਦਾ ਸਫ਼ਰ ਕਰਾਇਆ, ਪਿੰਡੀ ਲਾਇਆ, ਅੱਗੇ ਉਸ ਸਰ ਜੀ ਅੱਗੇ ਉਸ ਸਰ ਜੀ ਗੱਡੀਆਂ ਰੱਖੀਆਂ ਸਨ, ਡਬਲ ਕੈਬਨ ਗੱਡੀਆਂ ਸਨ, ਜਿਨ੍ਹਾਂ ਨੇ ਅੰਦਰ ਬਹਿ ਗਏ ਤਾਂ ਬਾਹਰ ਕੁਝ ਨਹੀਂ ਸੀ ਦਿਸਣਾ ਸਰ ਜੀ। ਉਹਨਾਂ ਕਿਸ ਤਰ੍ਹਾਂ ਨਾਲ ਮੋਟੀਵੇਟ ਕੀਤਾ ਉਸ ਬੰਦੇ, ਅਤੇ ਸਰ ਜਿਲ੍ਹਾ ਪਹੁੰਚਿਆ ਨਾ ਇੱਥੇ ਸੁਹਾਵਾ ਕ੍ਰਾਸ ਕਰੀ ਗਿਆ, ਇੱਥੇ ਦਰਬਾਰ ਕੋਲ ਦੂਰੋਂ ਬੰਦਿਆਂ ਕੇ ਲਾਈ ਕੇ ਆਉਣਾ ਇਹ ਤੁਰਕੀ ਟੋਲ ਪਲਾਜ਼ਾ ਆ ਗਿਆ, ਅਤੇ ਇਸ ਤੋਂ ਉੱਪਰ ਹੈ ਅੱਗੇ ਯੂਨਾਨ ਹੀ ਹੈ, ਤੁਸੀਂ ਇਹ ਬਾਰਡਰ ਕ੍ਰਾਸ ਕਰ ਰਹੇ ਹੋ ਸਰ। ਉਹਨਾਂ ਬੰਦਿਆਂ ਨਾਲ ਸਾਡੀ ਬਾਅਦ ਮੁਲਾਕਾਤ ਹੋਈ ਸਾਡੀ, ਅਤੇ ਉਹਨਾਂ ਨੇ ਸਰ ਇੱਥੇ ਲਿਫਟ ਦਬਾ ਲਿਆ ਅਸਾਂ ਫੈਸਲਾਬਾਦ ਸਰ ਜੀ, ਕਿਉਂਕਿ ਉਹਨਾਂ ਕੋਲ ਪੈਸੇ ਕੋਲ ਨਹੀਂ ਸਰ। ਉਹਨਾਂ ਸਰ ਜੀ ਆਪਸ ਵਿੱਚ ਪਲੇਨ ਬਣਾਇਆ, ਅਸਾਂ ਕੀ ਗੱਲ ਸੁਣਾਈ, ਬੂਮੜਾ ਸੀ ਉਸ ਸਾਡੀ ਗੱਲ ਸੁਣਾਈ, ਉਸ ਆਖਿਆ ਸਰ ਜੀ ਲੈ ਅਸਾਂ ਮਤਲਬ ਕਿ ਇੱਥੋਂ ਟ੍ਰੇਨਾਂ ਦੀ ਪੱਟੜੀ ਕ੍ਰਾਸ ਕਰੀ ਕੇ ਭਰਿਆ ਹੋਏ ਹਾਂ ਸਰ, ਅਤੇ ਪਹਾੜੀ ਏਰੀਆ ਸੀ, ਤਾਂ ਅਸਾਂ ਆਪਸ ਵਿੱਚ ਜਿਹੜਾ ਮੀਟਿੰਗ ਕੀਤੀ ਬੰਦਿਆਂ, ਅਸਾਂ ਆਖਿਆ ਯਾਰ ਕਿ ਗੱਲ ਇਸ ਤਰ੍ਹਾਂ ਨਹੀਂ ਹੈ ਕਿ ਸਾਰੇ ਗਰੀਬ ਹਾਂ, ਬੜੇ ਔਖੇ ਪੈਸੇ ਜਿਹੜਾ ਅੱਠ ਅੱਠ ਲੱਖ ਰੁਪਈਆ ਕਰੀ ਕੇ ਏਜੰਟ ਹੈਗੀ ਦਿੱਤਾ, ਅਤੇ ਹੁਣ ਇਸ ਤਰ੍ਹਾਂ ਹੈ ਕਿ ਕੋਈ ਵੀ ਬੰਦਾ ਜਿਹੜਾ ਵੈ ਨਾ, ਮਤਲਬ ਕਿ ਕਮੇਟੀ ਇਸ ਤਰ੍ਹਾਂ ਨਹੀਂ ਬਾਹਰ ਸਮਝ, ਹਰ ਮਹੀਨੇ ਜਿਹੜੀ ਤਨਖਾਹ ਵੈ ਨਾ ਇੱਕ ਬੰਦੇ ਨੇ ਕਾਰ ਅਸਾਂ ਭੇਜਿਆ ਕਰ ਸਾਂ, ਅਗਰ ਅਸਾਂ 3 ਲੱਖ ਰੁਪਈਆ ਉੱਥੇ ਯੂਰਪ ਵਿੱਚ ਕਿਨਸਾਂ ਅਸਾਂ, ਅਤੇ ਅਸਾਂ 8 ਬੰਦਿਆਂ ਦਾ 24 ਲੱਖ ਰੁਪਈਆ ਮਹੀਨੇ ਦਾ ਇਕੱਠਾ ਉਸ ਕੀ ਭੇਜਿਆ ਕਰ ਸਾਂ ਭਾਈ, ਅਸਾਂ ਇਹ ਪਲੈਨ ਬਣਾਇਆ, ਠੀਕ ਹੈ। ਉਹਨਾਂ ਪਲੈਨ ਸਾਰਿਆਂ ਉੱਥੇ ਕੋਈ ਗਏ ਬੰਦੇ, ਉਹਨਾਂ ਆਖਿਆ ਬਈ ਇਸ ਤਰ੍ਹਾਂ ਕਰਨੇ ਬਈ, ਅਸਾਂ ਸਾਰੇ ਪੈਸੇ ਇਕੱਠੇ ਕਰੀਏ ਨਾ ਭੇਜਿਆ ਕਰ ਸਾਂ ਸਰ, ਇੱਕ ਬੰਦੇ ਨੇ ਕਰ, ਫਿਰ ਅਗਲੇ ਮਹੀਨੇ ਅਗਲੇ ਨੇ ਕਰ, ਠੀਕ ਹੈ। ਇਸ ਤਰ੍ਹਾਂ ਗੱਪ ਸ਼ੱਪ ਹੋਈ ਸਾਡੀ, ਅਤੇ ਉਹਨਾਂ ਜੀ ਬਾਅਦ ਵਿੱਚ ਇਹ ਸੋਚਿਆ ਇੱਕ ਬੰਦੇ ਮਸ਼ਵਰਾ ਇਹ ਦਿੱਤਾ ਕਿ ਯਾਰ ਅਸਾਂ ਤਾਂ ਹੁਣ ਆ ਗਏ ਹਾਂ, ਤਾਂ ਅਸਾਂ ਕੀ ਏਜੰਟਾ ਆਖਿਆ ਸੀ ਯਾਰ ਪਾਸਪੋਰਟ ਆਪਣੇ ਗਰੈਬ ਕਰੀ ਛੁੜਿਆ, ਪਾੜੀ ਛੁੜਿਆ, ਉਹਨਾਂ ਅਸਾਂ ਪਾਸਪੋਰਟ ਇੱਥੇ ਟਿੱਬੀਆਂ ਨਾ ਲਿਆ ਜਿਹਨਾਂ ਕੋਲ ਰਹਿਣਾ, ਉਹਨਾਂ ਕੀ ਸੱਟੀ ਛੁੜਿਆ ਪਾਸਪੋਰਟ ਕੀ ਸਰ, ਅਸਾਂ ਪੰਬਲ ਪੂਸੇ ਇਸ ਤਰ੍ਹਾਂ ਪਹਾੜਾਂ ਸਰ ਫਿਰਦੇ ਰਹੇ ਹਾਂ,
ਪਹਾੜਾਂ ਫਿਰਨੇ ਫਿਰਨੇ ਸਬਜ਼ੀ ਚੱਲੀ ਚੜ੍ਹੇ ਹਾਂ ਅਸਾਂ ਬਕਰਾਲਾ ਹੈ ਉਹਨਾਂ ਨੂੰ ਪਤਾ ਕੋਈ ਸੀ ਬਕਰਾਲੇ ਦੇ ਏਰੀਏ ਕਿ ਨਾ ਕੋਣ ਸਮਝਾਣੇ ਬਕਰਾਲਾ ਉਹਨੂੰ ਸਮਝਿਆ ਸੀ ਲਿਥਵੀ ਬਕਰਾਲਾ ਸੜਿਆ ਜਾਰਜੀਆ ਉਹ ਸਰ ਜੀ ਲੈ ਉੱਥੇ ਪਹੁੰਚੇ ਸਰ ਜੀ ਤੇ ਉਸ ਵੇਲੇ ਬਾਂਗਾਂ ਹੋਣੀਆਂ ਸ਼ੁਰੂ ਹੋ ਗਈਆਂ ਸਰ ਗੀਆਂ ਸਰ ਜੀ ਚੱਲ ਕੋ ਨਹੀਂ ਬਜੀ ਜਿਲੇ ਬਾਂਗਾਂ ਹੋਈਆਂ ਨਾ ਸਰ ਉਹਨਾਂ ਇਹ ਸੋਚਿਆ ਯਾਰ ਇਹ ਤਾਂ ਬੜਾ ਚੰਗਾ ਮੁਲਕ ਹੈਗਾ ਯਾਰਾ ਇੱਥੇ ਵੀ ਜ਼ਾਲਮ ਹੋਣੀਆਂ ਮੁਸਲਮਾਨ ਰਹਿਣੇ ਚਲੋ ਨਮਾਜ਼ ਰੋਜ਼ਾ ਸ਼ੋਜ਼ਾ ਕਰੀ ਕਿਨੇ ਕਰਸਾਂ ਠੀਕ ਹੈ ਇਸਰੇ ਜੀ ਸਰ ਹੋਇਆ ਇਸਰੇ ਕਿ ਜ਼ਾਨਾ ਤੋਂ ਬਾਅਦ ਕੋਈ ਬੰਦਾ ਸੀ ਮੱਝਾਂ ਗਾਵਾਂ ਵਾਲਾ ਉਹ ਦੁੱਧ ਦਿੱਤਾ ਤਰੱਕੀ ਜੋੜ ਹੋਟਲਾਂ ਦਾ ਦੇਣਾ ਸੀ ਸਰ ਜੀ ਉਸ ਕੜੀਲੇ ਨਾਲ ਸੀ ਜਾਂ ਚੱਕ ਮਿਆਣੇ ਨਾਲ ਰਹਿਣੇ ਵਾਲਾ ਸੀ ਸਰ ਉਸ ਜਨਾਬ ਗਾਈਆਂ ਕੀ ਸਵੇਲਾ ਸਵੇਲਾ ਚੋਇਆ ਜਨਾਬ ਸਰ ਕੀ ਲੈ ਤੇ ਉਹ ਦੁੱਧ ਲੱਦੀ ਗਿਆ ਤੇ ਉਸ ਵੇਲੇ ਕੱਚਾ ਜਿਹਾ ਰਸਤਾ ਅਛਣਾ ਸੀ ਸਰ ਜੀ ਸਾਈਕਲਾਂ ਦਾ ਬੰਦਾ ਆਇਆ ਸਰ ਜੀ ਸਾਈਕਲ ਲੱਗਦੀ ਯਾਰ ਇਹ ਤਾਂ ਪਾਕਿਸਤਾਨ ਵਾਲਾ ਕੋਈ ਮੁਲਕ ਹੈ ਪੁੱਛੋ ਇਹ ਕਿਹੜਾ ਮੁਲਕ ਹੈਗਾ ਵਾ ਉਸ ਵਾਰ ਮਾਰੀ ਉਸ ਆਖਿਆ ਭਾਅ ਜੀ ਇਹ ਕਿਹੜਾ ਮੁਲਕ ਹੈਗਾ ਉਹ ਰੁਕ ਹੀ ਗਿਆ ਉਸ ਆਖਿਆ ਜੜਿਓ ਕਿ ਨਵੇਂ ਆਏ ਹੋ ਕਦੋਂ ਆਏ ਹੋ ਆਖਿਆ ਯਾਰ ਛੋੜ ਤੂੰ ਦੱਸ ਇਹ ਮੁਲਕ ਕਿਹੜਾ ਵਾ ਉਹਨੂੰ ਆਖਿਆ ਪਾਕਿਸਤਾਨ ਹੈਗਾ ਭਾਈ ਜੀ ਫਿਰ ਉਸ ਵੇਲੇ ਉਹਨੇ ਪਤਾ ਲਾ ਸਾਡੇ ਨਾਲ ਤਾਂ ਸੱਜੀ ਫਰਾਡ ਹੋ ਗਿਆ ਅਸਾਂ ਤਾਂ ਪਾਕਿਸਤਾਨ ਦੇ ਵਿੱਚ ਫਿਰ ਰਹੇ ਪਏ ਹਾਂ ਤੇ ਅਸਾਂ ਸਮਝਿਆ ਤੁਰਕੀ ਨੇ ਬਾਰਡਰ ਕ੍ਰਾਸ ਕਰੀ ਕੇ ਅੱਗੇ ਜਨਾਬ ਸਾਈਪ੍ਰਸ ਪਹੁੰਚੀ ਅਸਾਂ ਤੇ ਸਰ ਇਸਨੇ ਨਾ ਤੂੰ ਤੱਕ ਉਹਨਾਂ ਲੋਕਾਂ ਕਿਤੇ ਨਾ ਕਿਤੇ ਬੜੇ ਫਰਾਡ ਕੀਤੇ ਸਰ ਵੈਸੇ ਤਰੱਕੀ ਟੋਲ ਪਲਾਜ਼ਾ ਜਿਹੜਾ ਵਾ ਇਹ ਸਰ ਸੱਤਾ ਮੁਰਤਫਾ ਜਿਹੜਾ ਪਠਵਾਰ ਹੈ ਮਤਲਬ ਕਿ ਸੱਤਾ ਮੁਰਤਫਾ ਪਠਵਾਰ ਨਾ ਏਰੀਆ ਜਿਹੜਾ ਬਕਰਾਲਾ ਕੇ ਪਹਾੜੋਂ ਸੇ ਸ਼ੁਰੂ ਹੋਤਾ ਹੈ ਸੋਸ਼ਲ ਸਟੱਡੀ 'ਚ ਲਿਖੇ ਆ ਉਸਨੇ ਦੋਵਾਂ ਪਹਾੜਾਂ ਦੇ ਦਰਮਿਆਨ ਹੈ NH8 ਨਾ ਟੋਲ ਪਲਾਜ਼ਾ ਹੈ ਸਰ ਇਹ ਸਰ ਮੁੱਲਾ ਮਨਸੂਰ ਤੋਂ N5 GT ਰੋਡ ਸ਼ੁਰੂ ਹੋਣੀ ਹੈ ਸਰ ਪਿੱਛੇ ਤਾਂ ਪਸ਼ਾਵਰ ਹੈ ਨਾ ਜਿਹੜਾ ਪੰਜਾਬ ਨਾਲ ਏਰੀਆ ਸ਼ੁਰੂ ਹੋਣਾ N5 ਤੋਂ ਇਹ ਪੰਜਵਾਂ ਟੋਲ ਪਲਾਜ਼ਾ ਹੈ ਸਰ ਤਰੱਕੀ ਟੋਲ ਪਲਾਜ਼ਾ ਜਿਸ ਕਿ ਤੁਸੀਂ ਤੁਰਕੀ ਟੋਲ ਪਲਾਜ਼ਾ ਆਖਦੇ ਹੋ ਸਰ ਕੋਈ ਤਰੱਕੀ ਆਉਣਾ ਕੋਈ ਤਰੱਕੇ ਹੀ ਪੜਨਾ ਸਰ ਜੀ ਤੇ ਇਹ ਪੰਜਵਾਂ ਟੋਲ ਪਲਾਜ਼ਾ ਸਰ ਜੀ ਸਭ ਤੋਂ ਪਹਿਲਾਂ ਮੁੱਲਾ ਮਨਸੂਰ ਹੈ ਮੁੱਲਾ ਮਨਸੂਰ ਤੋਂ ਅੱਗੇ ਹੈ ਹਾਰੋ ਟੋਲ ਪਲਾਜ਼ਾ ਹਾਰੋ ਤੋਂ ਅੱਗੇ ਸੰਜਾਨੀ ਹੈ ਔਰ ਸੰਜਾਨੀ ਤੋਂ ਬਾਅਦ ਮੰਦਰਾ ਟੋਲ ਪਲਾਜ਼ਾ ਆਸ਼ਨਾ ਹੈ ਮੰਦਰਾ ਤੋਂ ਬਾਅਦ ਤਰੱਕੀ ਟੋਲ ਪਲਾਜ਼ਾ ਹੈ ਤੇ ਇਹਨਾਂ ਦਾ ਮੇਨ ਜਿਹੜਾ ਡਿਫਰੈਂਸ ਹੈ ਸਰ ਟੋਲ ਪਲਾਜ਼ੇ ਦਾ 40 ਕਿਲੋਮੀਟਰ ਤੋਂ ਬਾਅਦ ਇੱਕ ਟੋਲ ਪਲਾਜ਼ਾ ਬਣਾਇਆ ਗਿਆ ਸਰ